ਜੋ ਬੁਲਾਈ ਸੋ ਨਿਰਪੈ ਭਗਵਾਨ ਵਾਲਮੀਕ ਮਹਾਰਾਜ ਕੀ ਜੈ ਸ਼੍ਰੀ ਸ਼੍ਰੀ ਅਕਸੋ ਅਠ ਸਤ ਗੁਰੂ ਗਿਆਨਨਾਥ ਮਹਾਰਾਜ ਕੀ ਜੈ ਚੀਚਾ ਚਰਨੋ ਕੀ ਧੂਲ ਵੀ ਤੇਰੇ ਭਗਤੋਂ ਕੀ ਪਾਉ ਰੰਗ ਚੜੇ ਤਿਉ ਤਿਉ ਮੁਝੈ ਜਿਉ ਜੋ ਮਾਥ ਲਗਾਉ ਸ਼ੀਸ਼ਾ ਕਛਤ ਆਕਾਸ਼ ਦੇਖ ਕਰ ਪ੍ਰਾਣੀ ਚਕੇ ਤਹ ਜਾਏ ਬਚਤਰ ਤੇਰਾ ਗਿਆਨ ਜੈ ਯਗ ਕੇ ਸਮਝ ਨਾ ਆਏ ਜਿਜਾ ਕਹਿ ਜਗ ਤੇਰਾ ਪ੍ਰਭੂ ਨਾਸ਼ਵਾਨ ਕਿਉ ਭਾਏ ਨਾਸ਼ਵਾਨ ਕਾ ਸਵਾਮੀ ਕਿਉ ਸੱਚਾ ਈਸ਼ ਕਹਾਏ ਜਿਜਾ ਚੰਜਟ ਬੋਧ ਕੇ ਲਿਏ ਕੈਸਾ ਮਨ ਜਾਏ ਸਰਣ ਕਰੂੰ ਇਸ ਕੋ ਪ੍ਰਭੂ ਦਿਜੋ ਐਸਾ ਉਪਾਏ ਇਹ ਯਾ ਚੋਜ ਕਗੋ ਕੀ ਜੈਸੇ ਕੜਿ ਓਂ ਜਾਰ ਸ਼ੰਭੂਕ ਐਸੇ ਸਹਬ ਕੋ ਦੋ ਕਰ ਨਮਸ਼ਕਾਰ ਆਦਿ ਆਏ ਵਾਲਮੀ ਕੈ ਨਮੋ ਨਮ ਪਰਮ ਸਤਕਾਰ ਜੋਗ ਗੁਰੂ ਪਿਆਰੀ ਗੁਰੂ ਸواری ਸਾਧ ਸੰਗਤ ਜੀਓ ਧਰਮ ਪ੍ਰੇਮਿਓ ਗੁਰ ਪਰਮੇਸ਼ਰ ਦੇ ਚਰਨਾਂ ਦਾ ਧਿਆਨ ਧਰੋ ਗੁਰਬਾਣੀ ਦੀ ਵਿਚਾਰ ਨੂੰ ਆਪਣੇ ਹਿਰਦੇ 'ਚ ਧਾਰਨ ਕਰੋ ਆਓ ਗੁਰੂ ਪਿਆਰੇਓ ਆਪਣੀਆਂ ਸੁਰਤੀਆਂ ਨੂੰ ਇਕਾਗਰ ਚਿਤ ਕਰੀਏ ਗੁਰਬਚਨਾਂ ਦਾ ਧਿਆਨ ਧਰਿਏ ਪਰਮੇਸ਼ਰ ਜੀ ਕਿਰਪਾ ਕਰਦੇ ਹਨ ਜੋ ਪ੍ਰਬੁਰਤਨਾ ਕਰਮ ਮਹਾਰਾਜ ਜੀ ਆਪਣੀ ਮਿਹਨਤ ਸਦਕਾ ਕਮਾਈ ਸਦਕਾ ਪਰਮੇਸ਼ਰ ਭਗਵਾਨ ਵਾਲਮੀਕ ਮਹਾਰਾ ਜੀ ਉਸਤਤ ਬਿਆਨ ਕਰਦੇ ਹਨ ਚਿੱਚਾ ਚਰਨੋ ਕੀ ਧੂਲ ਬੀ ਤੇਰੇ ਭਗਤੋਂ ਕੀ ਪਾਉ ਚਿੱਚੇ ਤੋਂ ਪਾਵ ਹੈ ਕਿ ਚਿੱਚਾ ਚਰਨੋ ਕੀ ਧੂਲ ਵੀ ਤੇਰੇ ਭਗਤੋਂ ਕੀ ਪਾਉ ਕਿਰਪਾ ਕਰੋ ਕਿ ਜੇ ਤੇਰੇ ਜੋ ਭਗਤ ਜਨ ਤੇਰੇ ਸੱਚੇ ਪ੍ਰੇਮੀ ਹਨ ਸ਼ਰਧਾ ਰੱਖਣ ਵਾਲੇ ਨਾਮਦਾਨ ਬਖਸ਼ਿਸ਼ ਕਰਨ ਵਾਲੀ ਉਹਨਾਂ ਦੀ ਜੇਕਰ ਮੈਨੂੰ ਧੂਲ ਵੀ ਮਿਲ ਜਾਵੇ ਤੇ ਮੈਂ ਮੱਥੇ ਨੂੰ ਲਾਵਾਂ ਚੀਚਾ ਚਰਨੋ ਕੀ ਧੂਲ ਵੀ ਤੇਰੇ ਭਗਤੋਂ ਕੀ ਪਾਉ ਕਿ ਤੇਰੇ ਭਗਤ ਜਨਾਂ ਦੀ ਧੂਲ ਹੈ ਚਰਨਾ ਦੀ ਧੂੜ ਹੈ ਕਿਤੇ ਉਹ ਵੀ ਮੈਨੂੰ ਮਿਲ ਜਾਵੇ ਤੇ ਮੈਂ ਮੱਥੇ ਨੂੰ ਲਾ ਕੇ ਆਪਣਾ ਜੀਵਨ ਮੈਂ ਧਨ ਸਮਝਾਂ ਕਿਉਂਕਿ ਉਹ ਤੇਰੇ ਪੁਜਾਰੀ ਹੈ ਤੇਰੇ ਨਾਮ ਦੇ ਵਿੱਚ ਰੰਗੇ ਹੋਏ ਹਨ ਤੂੰ ਉਹਨਾਂ ਦਾ ਹੀ ਆਪਣੇ ਵਰਗਾ ਰੂਪ ਤੇ ਤੂੰ ਉਹਨਾਂ ਨੂੰ ਬਖਸ਼ਿਸ਼ ਕੀਤਾ ਹੋਇਆ ਹੈ ਤੇ ਗੁਰੂ ਪਿਆਰੇ ਆਪਣੇ ਵਰਗਾ ਰੂਪ ਬਖਸ਼ਿਸ਼ ਗੁਰੂ ਪਿਆਰੇ ਸਾਹਿਬ ਸਤਿਗੁਰੂ ਗਿਆਨ ਆਤਮਨ ਬਖਸ਼ਿਸ਼ ਕੀਤਾ ਸੀ ਹੋਰ ਸੰਤ ਭਗਤ ਜਿਨ੍ਹਾਂ ਨੂੰ ਬਖਸ਼ਿਸ਼ ਕੀਤਾ ਸੀ ਤੇ ਗੁਰੂ ਜੀ ਕਿਰਪਾ ਕਰਦੇ ਹਨ ਤੇਰੇ ਭਗਤਾਂ ਜੀ ਜੇ ਮੈਨੂੰ ਧੂਲ ਵੀ ਮਿਲ ਜਾਵੇ ਚਰਨਾਂ ਦੀ ਤੇ ਮੈਂ ਝੁੱਕ ਕੇ ਮੱਥੇ ਨੂੰ ਲਾਵਾਂ ਰੰਗ ਚੜੇ ਤਿਉ ਤਿਉ ਮੁਝੈ ਜਿਉਂ-ਜਿਉ ਮੱਥ ਲਗਾਉਂ ਕਿ ਜਿਉਂ-ਜਿਉ ਨੰਬਥੇ ਨੂੰ ਭਗਤ ਜਿਨਾ ਧੂਲ ਚਰਨਾਂ ਦੀ ਧੂਲ ਮੈਂ ਚੁੱਕ ਕੇ ਮੱਥੇ ਨੂੰ ਲਾਵਾਂ ਤਿਉ ਤਿਉ ਮੈਨੂੰ ਤੇਰੇ ਨਾਮ ਦਾ ਰੰਗ ਚੜ ਜਾਵੇ ਕਹਿ ਤੋ ਪਾਵੇ ਹੈ ਕਿ ਜਿਉਂ-ਜਿਉ ਮੈਂ ਤੇਰੇ ਭਗਤਾਂ ਦੀ ਮੈਂ ਸੰਗਤ ਕਰਾਂ ਪਰਵਚਨ ਉਹਨਾਂ ਦੇ ਸੁਣਾ ਉਹਨਾਂ ਦੇ ਮੁਖਾਰਬੰ ਦੇ ਵਿੱਚੋਂ ਤੇਰੀ ਮਹਿਮਾ ਨੂੰ ਮੈਂ ਸੁਣਾ ਤੇ ਤੇਰੇ ਨਾਮ ਵਾਲਾ ਰੰਗ ਤੇਰੀ ਗੁਰਬਾਣੀ ਵਾਲਾ ਰੰਗ ਤੇਰੇ ਬ੍ਰਹਮ ਗਿਆਨ ਵਾਲਾ ਰੰਗ ਮੇਰੇ ਵੀ ਹਿਰਦੇ ਤੇ ਚੜ ਜਾਵੇ ਮੇਰਾ ਵੀ ਮਨ ਔਰ ਆਤਮਾ ਤੇਰੇ ਨਾਮ ਦੇ ਵਿੱਚ ਰੰਗੀ ਜਾਵੇ ਸ਼ੀਸ਼ਾ ਕੈ ਛਤ ਅਕਾਸ਼ ਦਾ ਦੇਖ ਕਰ ਪ੍ਰਾਣੀ ਚਕਿਤ ਹੋ ਜਾਏ ਜੋ ਤੇਰਾ ਅਕਾਸ਼ ਦੇਖਦਾ ਹਾਂ ਜੋ ਤੂੰ ਛਤ ਬਖਸ਼ਿਸ਼ ਕੀਤੀ ਹੈ ਜੀਵਾਂ ਵਾਸਤੇ ਜੋ ਮੇਰਾ ਜੋ ਮਨ ਹੈ ਪ੍ਰਾਣੀ ਮੇਰਾ ਜੋ ਮਨ ਹੈ ਉਹ ਚਕਿੱਤ ਹੋ ਜਾਂਦਾ ਚਕਤਰ ਹੋ ਜਾਂਦਾ ਹੈ ਕਿ ਮੈਂ ਤੇਰੀ ਮਹਿਮਾ ਨੂੰ ਤੇਰੇ ਆਕਾਸ਼ ਨੂੰ ਉੱਪਰ ਵੱਲ ਦੇਖਦਾ ਹਾਂ ਤੇ ਮਹਿਮਾ ਨੂੰ ਮ ਦੇ ਕੇ ਚਕਿੱਤ ਹਿਲ ਜਾਂਦਾ ਹਾਂ ਕਿ हे ਪ੍ਰਮਾਤਮਾ ਤੇਰੀ ਐਸੀ ਮਹਿਮਾ ਹੈ ਆਕਾਸ਼ ਬਿਰਥਮਾ ਤੋਂ ਹੀ ਆਕਾਸ਼ ਨੂੰ ਸਾਜਿਆ ਹੋਇਆ ਹੈ ਕਿ ਮੈਂ ਮੇਰਾ ਜੋ ਮਨ ਹੈ ਉਹ ਚਕਿੱਤਰ ਚਕਿੱਤ ਹੋ ਜਾਂਦਾ ਹੈ ਡੋਲ ਜਾਂਦਾ ਹੈ ਕਿ ਮੈਂ ਦੇਖਦਾ ਹਾਂ ਕਿ ਥੰਮਾ ਤੋਂ ਬਗੈਰ ਹੀ ਇਸ ਮਾਨ ਦੀ ਸਿਰਜਣਾ ਕੀਤੀ ਹੋਈ ਹੈ ਵਿਚਤਰ ਤੇਰਾ ਵਿਗਿਆਨ ਜੈ जग ਕੀ ਸਮਝ ਨਾ ਆਏ ਜੋ ਵਿਚਤਰ ਤੇਰਾ ਗਿਆਨ ਹੈ ਵਿਚਤਰ ਗਿਆਨ ਵਿਚਤਰ ਤੋਂ ਭਾਵ ਕੇ ਮਹਿਮਾ ਤੋਂ ਪਰੇ ਤੋਂ ਪਰੇ ਤੇ ਮਹਿਮਾ ਕੋਈ ਬੁਝ ਨਹੀਂ ਸਕਦਾ ਤੇਰੀ ਮੈਂ ਮਨ ਨੂੰ ਕੋਈ ਜਾਣ ਨਹੀਂ ਸਕਦਾ ਵਿਚਿਤ ਤੇਰਾ ਵਿਗਿਆਨ ਜੈ ਜਗ ਕੀ ਸਮਝ ਨਹੀਂ ਜਿ ਤੇਰਾ ਵਿਗਿਆਨ ਹੈ ਵੱਖਰਾ ਵਿਗਿਆਨ ਹੈ ਇਸ ਜਗ ਦੇ ਮਨ ਵਿੱਚ ਸਮਝ ਨਹੀਂ ਪੈ ਸਕਦੀ ਕਿ ਤੂੰ ਕੀ ਹੈ ਕਿਸ ਤਰ੍ਹਾਂ ਇਹ ਸੰਸਾਰ ਨੂੰ ਸਾਂਝਿਆ ਹੈ ਇਹ ਤੂੰ ਹੀ ਜਾਣਦਾ ਹੈ ਇਹ ਕਲਯੁਗੀ ਜੀਵ ਨਹੀਂ ਜਾਣ ਸਕਦੇ ਭਾਵੇਂ ਕਿਤਨਾ ਹੀ ਇਹਨਾਂ ਨੇ ਸੰਸਾਰ ਦੇ ਅਣਕ ਗਿਆਨ ਪ੍ਰਦਾਨ ਕਰ ਲਿਆ ਕਿਤਨੀ ਹੀ ਤਰੱਕੀ ਕਰ ਲਈ ਹੈ ਪਰ ਤੇਰੇ ਵਿਗਿਆਨ ਨੂੰ ਗਿਆਨ ਨੂੰ ਕੋਈ ਸਮਝ ਨਹੀਂ ਸਕਿਆ ਤੇਰੀ ਮਹਿਮਾ ਤੂੰ ਹੀ ਜਾਣਦਾ ਹੈ ਜੀਜਾ ਕਹਿ ਜਗ ਤੇਰਾ ਪ੍ਰਭੂ ਨਾਸ਼ਵਾਨ ਕਿਉਂ ਪਾਏ ਪਰ ਜੋ ਤੇਰਾ ਇਹ ਜਗ ਸਾਜਿਆ ਹੋਇਆ ਹੈ ਪਤਾ ਨਹੀਂ ਕਿਉਂ ਮੇਰੇ ਮਨ ਦੇ ਅੰਦਰ ਇਹ ਇੱਕ ਸਵਾਲ ਹੈ ਕਿਉਂ ਨਾਸ਼ਵਾਨ ਹੈ ਕਿਉਂ ਨਾਸ਼ਵਾਨ ਹੈ ਸੰਸਾਰ ਤੇ ਜੀਵ ਆਉਂਦੇ ਤੁਰੇ ਜਾਂਦੇ ਹਨ ਆਉਂਦੇ ਤੁਰੇ ਜਾਂਦੇ ਹਨ ਤੇਰੀ ਮਹਿਮਾ ਨੂੰ ਤੂੰ ਹੀ ਜਾਣ ਸਕਦਾ ਹੈ ਸਾਡੇ ਸਵਾਲਾਂ ਦਾ ਜਵਾਬ ਜੁਤਰੀ ਮੈਂਬਰ ਅਚੀ ਹੋਈ ਹੈ ਅਸੀਂ ਨਹੀਂ বুঝ ਸਕਦੇ ਉਹ ਤੂੰ ਹੀ ਜਾਣ ਸਕਦਾ ਹੈ ਨਾਸ਼ਵਾਨ ਕਾ ਸਵਾਮੀ ਕਿਉ ਸੱਚਾ ਈਸ਼ਕ ਹਾਏ ਪਰ ਤੋ ਸੰਸਾਰ ਨੂੰ ਸਿਰਜਦਾ ਵੀ ਹੈ ਨਾਸ਼ਵਾਨ ਵੀ ਕਰ ਦਿੰਦਾ ਹੈ ਤੇ ਤਾਂ ਵੀ ਤੈਨੂੰ ਲੋਕ ਸੱਚਾ ਈਸ਼ ਕਹਿੰਦੇ ਹਨ ਸੱਚਾ ਈਸ਼ਵਰ ਕਹਿੰਦੇ ਹਨ ਇਹ ਜਗ ਦੀ ਸਮਝ ਸਾਨੂੰ ਨਹੀਂ ਆ ਰਹੀ ਤੋ ਕੈਸੇ ਸੰਸਾਰ ਨੂੰ ਰਚਿਆ ਹੈ ਤਨੂੰ ਈਸ਼ਵਰ ਸੱਚਾ ਫਿਰ ਵੀ ਤਨੂੰ ਈਸ਼ਵਰ ਕਹਿੰਦੇ ਆ ਕਿ ਉਹ ਪਰਮੇਸ਼ਰ ਦਾ ਬਾਣਾ ਸੀ ਬਾਣੇ ਅੰਦਰ ਸਭ ਕੁਝ ਹੋਇਆ ਹੈ ਉਹਦੀ ਕਿਰਪਾ ਫਿਰ ਵੀ ਤਨੂੰ ਸੱਚਾ ਈਸ਼ ਕਹਿੰਦੇ ਹਨ ਐਸੀ ਤਰਿ ਕਿਰਪਾ ਹੈ ਕਿ ਜਾਂ ਝੰਜਟ ਬੋਧ ਕੇ ਲਈਏ ਕੈਸਾ ਮਾ ਨਾ ਜਾਏ ਚੀਜੇ ਤੋਂ ਭਾਵਕ ਮਨ ਦੀ ਜੋ ਬੁੱਧ ਹੈ ਇਹ ਝੰਜਟਾਂ ਦੇ ਪਈ ਹੋਈ ਹੈ ਕਿ ਝੰਜਟ ਕੋਈ ਗੱਲ ਪ੍ਰਦਾਨ ਕਰਦਾ ਕੋਈ ਗੱਲ ਦੱਸਦਾ ਕੋਈ ਬਚਨ ਦੱਸਦਾ ਹੈ ਇਹ ਪਰ ਤੇਰੇ ਝੰਜਟ ਇਹ ਸੰਸਾਰੀ ਝੰਜਟ ਹੈ ਇਹਨਾਂ ਨੂੰ ਜੋ ਪਰਮੇਸ਼ਰ ਦੀ ਕਿਰਪਾ ਹੀ ਇਹ ਚੈਤਾਂ ਦੇ ਕਿਰਪਾ ਕਰ ਸਕਦੀ ਹੈ ਪਰ ਤੇਰੇ ਵਿਗਿਆਨ ਗਿਆਨ ਕੋਈ ਸਮਝ ਨਹੀਂ ਸਕਦਾ ਚੀਜ਼ਾਂ ਝੰਜਟ ਬੁੱਧ ਕੇ ਲਈ ਕਿ ਐਸਾ ਮਾਨਾ ਜਾਏ ਕੀ ਮੰਨੀ ਤੇਰੀ ਮਹਿਮਾ ਨੂੰ ਕੋਈ ਨਹੀਂ ਜਾਣ ਸਕਦਾ ਸਾਡਾ ਮਨ ਇਹਨਾਂ ਖਿਆਲਾਂ 'ਚ ਭਟਕਿਆ ਰਹਿੰਦਾ ਹੈ ਕਿਰਪਾ ਕਰੋ ਸਰਲ ਕਰੋ ਇਸ ਕੋ ਪ੍ਰਭੂ ਦਿਜੋ ਐਸਾ ਉਪਾਏ ਕਿਰਪਾ ਕਰੋ ਜੀ ਮੇਰਾ ਮਨ ਭਟਕਦਾ ਹੈ ਚਿੰਤਾ ਦੇ ਵਿੱਚ ਪਿਆ ਹੋਇਆ ਹੈ ਇਹਨਾਂ ਨੂੰ ਮੈਂ ਸਰਲ ਕਰਨਾ ਚਾਹੁੰਦਾ ਹਾਂ ਸਰ ਕਰਨਾ ਚਾਹੁੰਦਾ ਕਿਰਪਾ ਕਰੋ ਦਿਜੋ ਐਸਾ ਉਪਾਏ ਐਸਾ ਉਪਾਏ ਮੈਨੂੰ ਦਿਓ ਐਸੀ ਯੁਗਤੀ ਪ੍ਰਦਾਨ ਕਰ ਦਿਓ ਐਸਾ ਉਪਾਏ ਦੱਸੋ ਕਿ ਮੈਂ ਤੇਰੇ ਗਿਆਨ ਨੂੰ ਤੇਰੇ ਵਿਗਿਆਨ ਨੂੰ ਮੈਂ ਸਮਝ ਸਕਾਂ ਸਰਲ ਕਰ ਮੈ ਸਕੋ ਪ੍ਰਭੂ ਦਿਜੋ ਐਸਾ ਉਪਾਏ ਐਸੀ ਕਿਰਪਾ ਕੋਲ ਐਸਾ ਉਪਾਅ ਮੈਨੂੰ ਦੱਸ ਦਿਓ ਯਈਆਂ ਚੋਜ ਖਗੋਂ ਕੀ ਜੈਸੇ ਕੜੇ ਅਮਜਾਰ ਹੈ ਪਰਮੇਸ਼ਰ ਅਨੇਕਾਂ ਤਰ੍ਹਾਂ ਦੇ ਤੂੰ ਕੜੇ ਇਸ ਸੰਸਾਰ ਨੂੰ ਸਾਜਿਆ ਅੰਜਾਰ ਕੜੇ ਸਾਜੇ ਹੋਏ ਹਨ ਕੋਈ ਨਹੀਂ ਬੁੱਝ ਸਕਦਾ ਯਈਆਂ ਚੋਜ ਖਗੋਂ ਕੀ ਜੈਸੇ ਕੜੇ ਉਨਜਾਰ ਨੇਕਾਂ ਜੀਵਾਂ ਦੇ ਇਸ ਤਰੀਕੇ ਘੜੇ ਤਿਆਰ ਕੀਤੀ ਹਨ ਸ਼ੰਭੂ ਕੋ ਐਸੇ ਸਹਿਬ ਕੋ ਦੋ ਕਰ ਨਮਸਕਾਰ ਕਿਰਪਾ ਕਰੋ ਸ਼ੰਭੂ ਕੋ ਐਸੇ ਸਹਿਬ ਕੋ ਦੋ ਕਰ ਨਮਸਕਾਰ ਜੋ ਤੇਰਾ ਨਾਮ ਸਿਮਰ ਕੇ ਤੇਰਾ ਬ੍ਰਹਮ ਗਿਆਨ ਹਾਸਲ ਕਰਕੇ ਸੰਸਾਰ ਤੋਂ ਅਲਵਿਦਾ ਕਹ ਗਏ ਹਨ ਉਹ ਬੜੇ ਬੜੇ ਯੋਧੇ ਬਲਵਾਨ ਤਪਸਵੀ ਜਿਨ੍ਹਾਂ ਨੇ ਆਪਣਾ ਜੀਵਨ ਦਾਨ ਕੀਤਾ ਹੈ ਦੋ ਕਰ ਨਮਸਕਾਰ ਮੈਂ ਦੋਵੇਂ ਹੱਥ ਜੋੜ ਕੇ ਉਹਨੂੰ ਸ਼ੰਭੂ ਕ੍ਰਿਸ਼ਨ ਨੂੰ ਨਮਸਕਾਰ ਕਰਦਾ ਹਾਂ ਉਹ ਤਨ ਹੈ ਜੋ ਤੇਰੇ ਬ੍ਰह्म ਗਿਆਨ ਨੂੰ ਸਮਝ ਗਿਆ ਸੀਗਾ ਉਹ ਤਨ ਹੈ ਮੈਂ ਦੋਵੇਂ ਹੱਥ ਜੋੜ ਕੇ ਉਹਨੂੰ ਨਮਸਕਾਰ ਕਰਦਾ ਹਾਂ ਐਸੀ ਕਿਰਪਾ ਕਰੋ ਸਾਨੂੰ ਵੀ ਸ਼ੰਭੂ ਵਰਗਾ ਗਿਆਨ ਪ੍ਰਦਾਨ ਕਰ ਦਿਓ ਸਾਨੂੰ ਵੀ ਰਸ਼ੀਆ ਮੁਰਗੀਆਂ ਮੁਨੀਆ ਵਰਗਾ ਸਾਨੂੰ ਵੀ ਗਿਆਨ ਪ੍ਰਦਾਨ ਕਰ ਦਿਓ ਜਿਸ ਤਰ੍ਹਾਂ ਉਹਨਾਂ ਨੂੰ ਬਖਸ਼ਿਸ਼ ਕੀਤਾ ਹੈ ਸਾਡੇ ਤੇ ਵੀ ਕਿਰਪਾ ਕਰ ਦਿਓ ਤੇਰੀ ਮਹਿਮਾ ਨੂੰ ਜਾਣ ਸਕੀ ਤੇਰੀ ਮਹਿਮਾ ਕੀ ਤੇਰੀ ਰਚਨਾ ਕੀ ਹੈ ਕਿਸ ਤਰ੍ਹਾਂ ਤੇਰੀ ਵਡਿਆਈ ਕਰੀਏ ਸਾਡੇ ਕੋ ਕੋ ਲਬਜ ਨਹੀਂ ਹੈ ਸਾਡੇ ਕੋ ਉਹ ਲਬਜ ਨਹੀਂ ਹੈ ਜੋ ਤੇਰੀ ਮਹਿਮਾ ਨੂੰ ਬਿਆਨ ਕਰ ਸਕੇ ਕਿਰਪਾ ਕਰੋ ਸਾਨੂੰ ਉਹ ਦੇ ਬਦ੍ਰਿਸ਼ਟੀ ਗਿਆਨ ਪ੍ਰਦਾਨ ਕਰਦੇ ਹੋ ਤੇ ਗੁਰੂ ਪਿਆਰੇ ਇਸੀ ਅੱਜ ਦਾਸ ਵੱਲੋਂ ਇਸ ਬਾਣੀ ਦਾ ਭਾਗ ਪਰਮੇਸ਼ਰ ਭਗਵਾਨ ਵਾਲਮੀਕ ਸਾਹਿਬ ਸਤਿਗੁਰੂ ਗਿਆਨ ਅਤੇ ਕਿਰਪਾ ਕਰਨ ਇਸ ਜੀਵਾਂ ਤੇ ਜੋ ਗੁਰੂ ਪਿਆਰਿਓ ਇਹ ਪਰਮੇਸ਼ਰ ਨਿਬਤ ਬਾਣੀ ਹੈ ਪ੍ਰਭੂ ਤਨਕਰਮ ਮਹਾਰਾਜ ਜੀ ਪਹਿਲੇ 17 ਪਹਿਲੇ ਭਾਗਾਂ ਦੇ ਵਿੱਚ ਮੈਂ ਕਿ ਵਿਦਿਆ ਪੜਾਈ ਤੇ ਬੜਾ ਜ਼ੋਰ ਦਿੱਤਾ ਸੀਗਾ ਕਿ ਵਿਦਿਆ ਪੜਾਈ ਜ਼ਰੂਰੀ ਹੈ ਇਹ ਪਾਠ ਇਹ ਜੋ ਬਾਣੀ ਇਹ ਭਾਗ ਹੈ ਗੁਰੂ ਪਿਆਰਿਓ ਪ੍ਰਭੂ ਤਨਕਰਮ ਮਹਾਰਾਜ ਜੀ ਕਿਰਪਾ ਕਰਦੇ ਹਨ ਇਹ ਪਰਮੇਸ਼ਰਨ ਵੱਤ ਬਾਣੀ ਹੈ ਜੋ ਪਰਮੇਸ਼ਰ ਭਗਵਾਨ ਵਾਲਮੀਕ ਦੀ ਕਿਰਪਾ ਇਹ ਜੀਵਾਂ ਤੇ ਹੈ ਜੋ ਉਹਨਾਂ ਨਾਲ ਜੁੜ ਚੁੱਕੇ ਹਨ ਜੋ ਜੁੜੇ ਹੋਏ ਹਨ ਜਿਨ੍ਹਾਂ ਜਿਨ੍ਹਾਂ ਤੇ ਰਹਿਮਤ ਹੋਈ ਹੈ ਤੇ ਗੁਰੂ ਪਿਆਰੇ ਉਹਨਾਂ ਉਹਨਾਂ ਦੇ ਨਾਲ ਰਿਸ਼ੀਆਂ ਮੁੰਨੀਆਂ ਦੀ ਵਡਿਆਈ ਕੀਤੀ ਹੈ ਤੇ ਆਪਾਂ ਵੀ ਉਹਨਾਂ ਦੇ ਪਾਏ ਪੂਰਨਾਂ ਤੇ ਚੱਲ ਕੇ ਉਹਨਾਂ ਦੇ ਰਸਤੇ ਤੇ ਚੱਲ ਕੇ ਆਪਣਾ ਵੀ ਜੀਵਨ ਸਫਲਾ ਕਰੀਏ ਤਾਂ ਕਿ ਸਾਡਾ ਆਇਆ ਸੰਸਾਰ ਤੇ ਜੀਵਨ ਸਫਲਾ ਹੋ ਸਕੇ ਅਸੀਂ ਵੀ ਜਾ ਕੇ ਕਹਿ ਸਕੀਏ ਪਰਮੇਸ਼ਰ ਦੇ ਕਰ ਕਿ ਤੇਰਾ ਨਾਮ ਸਿਮਰ ਕੇ ਅਸੀਂ ਵੀ ਪਵ ਸਾਗਰ ਤੋਂ ਤਰ ਕੇ ਆਏ ਹਾਂ ਅਸੀਂ ਵੀ ਜੀਵਨ ਨੂੰ ਤੇਰਾ ਨਾਮ ਜਪ ਕੇ ਆਏ ਹਾਂ ਸਾਡੇ ਤੇ ਵੀ ਕਿਰਪਾ ਕਰੋ ਅਸੀਂ ਜੰਮਨ ਤੇ ਮਰਨ ਤੋਂ ਰਹਿਤ ਹੋ ਸਕੀਏ ਇਹ ਗੁਰੂ ਪੈਰੀ ਸਿੱਧੀ ਪਰਮੇਸ਼ਰ ਨਿਮਿਤ ਗੱਲ ਪ੍ਰਭੂ ਤਨਾਕਰ ਮਾਰ ਨੇ ਕੀਤੀ ਹੈ ਇਹ ਸੰਸਾਰੀ ਗਿਆਨ ਹੈ ਜੋ ਵਿਦਿਆ ਹੋਤਾ ਜੀਵ ਨੇ ਹਾਸਲ ਕਰਨੀ ਹੀ ਕਰਨੀ ਹੈ ਆਪਣੇ ਵੱਤ ਵੱਤ ਬੱਚਿਆਂ ਨੂੰ ਵਿਦਿਆ ਜ਼ਰੂਰ ਪੜਾਓ ਤੁਕਿ ਵਿਦਿਆ ਹੀ ਗ੍ਰੂਪੀ ਸਾਧ ਸੰਗਤ ਜੀ ਐਸਾ ਗਿਆਨ ਹੈ ਐਸੀ ਸ਼ਕਤੀ ਹੈ ਜੋ ਗੁਰੂ ਪਿਆਰਿਓ ਹਰ ਇੱਕ ਜੀਵ ਚੀਜ਼ ਹਾਸਲ ਕਰ ਸਕਦਾ ਹੈ ਵਿਦਿਆ ਵਿਚਾਰੀ ਤਪ ਪਰ ਉਪਕਾਰੀ ਵਿਦਿਆ ਤੀਸਰਾ ਨੈਤਰ ਹੈ ਇਸ ਜੀਵ ਦਾ ਤੇ ਗੁਰੂ ਪੁਰੇ ਜੋ ਇਸ ਭਾਗ ਦੇ ਵਿੱਚ ਦਾਸ ਨੇ ਜ਼ਿਕਰ ਕੀਤਾ ਹੈ ਤੇ ਆਸ ਕਰਦਾ ਹਾਂ ਭਗਤ ਜੀ ਦੇ ਪ੍ਰੇਮੀਆਂ ਨੂੰ ਬੇਨਤੀ ਕਰਦਾ ਹਾਂ ਇਸ ਭਾਗ ਨੂੰ ਅੱਗੇ ਜਰੂਰ ਤੋਰਿਓ ਸ਼ੇਅਰ ਨੈਕ ਜਰੂਰ ਕਰਿਓ ਹਰ ਭਗਤ ਦੇ ਵਿੱਚ ਦਾਸੇ ਬੇਨਤੀ ਕਰਦਾ ਹੈ ਕਿ ਤੁਹਾਡਾ ਇੱਕ ਸ਼ੇਰ ਇੱਕ ਲੈ ਕੀਤਾ ਹੈ ਗੁਰੂ ਪਿਆਰਿਓ ਦੂਜਿਆਂ ਦੀ ਜੀਵਨ ਸ਼ੈਲੀ ਬਖਸ਼ ਬਖਸ਼ ਕਰ ਸਕਦਾ ਇਹ ਸੌਰੀ ਜੂ ਦੂਜਿਆਂ ਦਾ ਜੀਵਨ ਸ਼ੈਲੀ ਜੋ ਹੈ ਉਹ ਗੁਰੂਪ੍ਰੀਤ ਸਾਧ ਸੰਗਤ ਜੀ ਬਦਲ ਸਕਦੀ ਹੈ ਐਸੀ ਗੁਰੂ ਜੀ ਦੀ ਕਿਰਪਾ ਕਰਦੇ ਹਨ ਕਿਉਂਕਿ ਸਹਿਜ ਸਜੇ ਆਪਾਂ satsang ਸਰਵਣ ਕਰਦੇ ਹਾਂ ਸੱਜੀ ਸੱਜੀ ਚੰਗੇ ਪੁਰਸ਼ਾਂ ਦੀ ਸੰਗਤ ਕਰਦੇ ਤੇ ਆਵਾਸੀ ਸੱਜੀ ਸੱਜੀ ਰੰਗ ਸਾਡੇ ਮਨ ਵਿੱਚ ਉਹਨਾਂ ਦਾ ਚੜ ਜਾਂਦਾ ਹੈ ਐਸੀ ਕਿਰਪਾ ਗੁਰੂ ਜੀ ਕਰਦੇ ਹਨ ਤੇ ਦਾਸ ਨੂੰ ਅਖਰ ਵਾਅਦਾ ਕੱਟਾ ਹੋ ਗਿਆ ਸੰਗਤ ਬਖਸ਼ਿਯੋਗ ਹੈ ਭਗਵਾਨ ਵਾਲਮੀਕ ਮਹਾਰਾਜ ਜੀ ਸਹਿਬ ਸਤਿਗੁਰੂ ਗਿਆਨ ਆਤਮਾਹਾਰਜ ਜੀਵਾਂ ਤੇ ਕਿਰਪਾ ਕਰਨ ਅੰਗ ਸੰਗ ਸਹਾਈ ਹੋਣ ਚੜਦੀਆਂ ਕਲਾ ਬਖਸ਼ਿ ਕਰਨ ਜੋ ਬੋਲੇ ਸੁੰਦਰ ਪੈ ਭਗਵਾਨ ਵਾਲਮੀਕ ਮਹਾਰਾਜ ਕੀ ਜੈ ਸ਼੍ਰੀ ਸ਼੍ਰੀ 108 ਸਹਿਬੇ ਕਮਾਲ ਸਾਹਿਬ ਸਤਿਗੁਰੂ ਗਿਆਨਾਤਮਾਹ ਰਾਜ ਕੀ ਜੈ